ఐదుగురు ఎయిత్ పాస్ అయిన జస్తాయి ఆటగాడ జస్ కరణ్ సింగ్ జస్సా ਕਿ ਜਿਹੜੀ ਨਗਰ ਦਾ ਨੌਜਵਾਨ ਹੈ ਸਾਡੇ ਕਾਲੇ ਹੀ ਹੋਰਾਂ ਦਾ ਲਖਤੇ ਜਗਰ ਕਹਿੰਦੇ 1 ਅਕਤੂਬਰ ਇਸ ਨੌਜਵਾਨ ਦੇ ਜਨਮ ਦਿਨ ਤੇ ਕੁਸ਼ਤੀ ਹੁੰਦੀ ਹੈ ਹਰ ਸਾਲ ਕਚੇਰੀ ਚ ਜਿੱਥੇ ਹਰ ਤਰ੍ਹਾਂ ਗੱਲ ਕਰ ਸਕਦਾ ਇਹ ਆ ਜੱਸਾ ਦੇ ਨਾਲ ਸਾਹਿਲ ਚੰਡੀਗੜ੍ਹ ਇਹ ਆ ਰਾਜੇ ਪਹਿਲਵਾਨ ਦਾ ਪੁੱਤਰ 7500 ਦੀ ਮਾਲੀ ਹੈ 5700 ਸਰਦਾਰ ਰਣਜੀਤ ਸਿੰਘ ਜੀ ਧਨਾਸ ਜਿਹਨਾਂ ਦੇ ਪੁੱਤਰ ਗੋਸ਼ਤ ਧਨਾਸ ਵਾਲੇ ਦਾ ਜਮਾਨ ਸਨਮਾਨ ਹੋਣਾ ਉਹਨਾਂ ਦੇ ਵੱਲੋਂ 5500 ਹੈ ਰਾਜੀ ਤੁਸੀਂ ਸ਼ੁਰੂ ਕਰਾਓ ਤੇ 1100 ਰੁਪਿਆ ਦਾਨਾ ਜੀ ਖੋਡੇ ਲਾਹੌਰੇ ਵਾਲੇ ਨੇ ਪਰ ਨਾਲ ਹੀ 1000 ਕਾਲੇ ਪੈਦਲਾਂ ਵੱਲੋਂ ਜਿਹੜਾ ਪੁੱਜਦਾ ਹੋ ਗਿਆ ਕੁਸ਼ਤੀ ਲਈ ਉਧਰ 500 ਰੁਪਿਆ ਬਹਾਦਰ ਸਿੰਘ ਜੀ ਪੈਦਲਾਂ ਨੇ ਵੀ ਪੁੱਜਾ ਕਰਤਾ ਕੁੱਲ ਮਿਲਾ ਕੇ 7700 ਦੀ ਕੁਸ਼ਤੀ ਹੋ ਗਈ ਹੈ ਮੈਦਾਨ ਦੇ ਵਿੱਚ ਜਿਹੜੀ ਕੁਸ਼ਤੀ ਸ਼ੁਰੂ ਹੋਈ ਹੈ ਇਹਨਾਂ ਨੌਜਵਾਨਾਂ ਦੀ ਬੱਚਿਆਂ ਦੀ 7700 ਦੀ ਕੁਸ਼ਤੀ ਆ ਸ਼ੁਰੂ ਦੁਰਗਾ ਨਮਨ ਬਾਬਾ ਫਲਾਈ ਅਗਲੀ ਕੁਸ਼ਤੀ ਲਈ ਤਿਆਰ ਬੱਚਾ ਰਹਿਣਗੇ ਕਹਿੰਦਾ ਸੂਰਜ ਵੀ ਅੱਗ ਬਰਸਾਵੇ ਧੁੱਪਾਂ ਜੇਠਦੇ ਹੜਦੀਆਂ ਦਾਨਾ ਮੇਰਾ ਵੀਰ ਜੀ ਵਾਸ ਸੁਣ ਲਓ ਵੀ ਮਾਨ ਸਨਮਾਨ ਲਿਓ ਦਾਨਾ ਜੀ ਮਾਨ ਸਨਮਾਨ ਲਿਓ ਵਾਹ ਵੀ ਵਾਹ ਉਹਦੇ ਕੁਰਸੀ ਜਿਹੜੀ ਜਿੱਤ ਗਿਆ ਨੌਜਵਾਨ ਹੈ ਸੁਰਜੀਤ ਸਿੰਘ ਜੀ ਸਰਪੰਚ ਬਿਨਾਂ ਬੋਲਣ ਲਈ ਤੌਰ ਤੇ ਵੱਡੇ ਮਾਨ ਸਨਮਾਨ ਬੋਲਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਅਭਿਸ਼ੇਕ ਤੋਗਾ ਹੱਥਗੜਾ ਕਰਦੀ ਨੌਜਵਾਨ ਆਏ ਅਭਿਸ਼ੇਕ ਤੋਗਾ ਵਾਲਾ ਰਮਨ ਬਾਬਾ ਫਲਾਈ ਕੁਰਸੀ ਮੈਦਾਨ ਦੇ ਵਿੱਚ ਕਹਿੰਦੇ ਸ਼ੁਰੂ ਹੋ ਗਈ ਹੈ ਅਗਲੀ ਕੁਰਸੀ ਜਗਮਾਉਣ ਬੁੱਲਾ ਪਰ ਵਿਕਰਮਜੀਤ ਪਰ ਇਹ ਤਿਆਰ ਬਚਾ ਰਹਿਣਗੇ ਅਗਲੀ ਕੁਰਸੀ ਲਈ ਇਹ ਪਹਿਲਵਾਨ ਤਿਆਰ ਬਚਾ ਰਹਿਣਗੇ ਸਵਾਗਤ ਪਰ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਦੀ ਗੱਲ ਕਰੀਏ ਇਹ ਕੁਸ਼ਤੀ ਕਹਿੰਦੇ 7700 ਰੁਪਏ ਦੀ ਹੈ ਵਾਕੇ ਜਿੱਤਣ ਵਾਲੇ ਨੂੰ 4000 ਕਰ ਦਿਆਂਗੇ ਹਾਰਨ ਵਾਲੇ ਨੂੰ 3700 ਤੇ ਉੱਪਰਲੇ ਪਾਸੇ ਸਾਹਿਲ ਹੈ ਚੰਡੀਗੜ੍ਹੀਆ ਸਾਹਿਲ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਅਗਲੀ ਕੁਸ਼ਤੀ ਜਗਮੋਹਣ ਮੁੱਲਾ ਪਰ ਤੇ ਵਿਕਰਾਂਤ ਜਿੱਤ ਪਰ ਇਹ ਪਹਿਲਵਾਨ ਬਿਲਕੁਲ ਤਿਆਰ ਬਚਾ ਰਹਿਣਗੇ ਕੁਸ਼ਤੀ ਪੁੱਛਣ ਲਈ ਇਸ ਗੱਲ ਦਾ ਧਿਆਨ ਦਿਓ ਲਾਲਾ ਬਜੀਤਪੁਰ ਜਿਹੜਾ ਮੈਦਾਨ ਦੇ ਵਿੱਚ ਆਵੇ ਤੀਜਾ ਰੈਫਰੀ ਆ ਵੀ ਜਗਮੋਹਣ ਅਜੇ ਤਿਆਰ ਹੋ ਗਏ ਆ ਵੀ ਰੀਕੂ ਮੇਰਾ ਵੀਰ ਮਲੋਹ ਤੋਂ 1100 ਰੁਪਏ ਦੇ ਦੰਗਲ ਲਈ ਮਾਨ ਸਨਮਾਨ ਬੋਲਦੇ ਕਰਦਾ ਹੈ ਆਪਣੇ ਮਾਨ ਸਨਮਾਨ ਲੈ ਲਿਓ ਨਾਲ ਦੀ ਨਾਲ ਹੀ ਰੀਕੂ ਗੁਰੂ ਗੁਰੂ ਆਈ ਮਾਰਿਆ ਗੁਰੂ ਆਈ ਮਾਰਿਆ ਇਹ ਫਿਰ ਚੇਂਜ ਕਰਨੀ ਪੈਣੀ ਹੈ ਰਾਜਾ ਤੂੰ ਇੱਧਰ ਆ ਜਾ ਗੁਰੂ ਨੂੰ ਉੱਧਰ ਭੇਜੀ ਰੈਫਰੀ ਪਲੀਜ਼ ਚੇਂਜ ਹੋ ਜਾਓ ਆ ਵੀ ਜਗਮੋਹਣ ਤੇ ਵਿਕਰਾਂਤ ਵਿਕਰਾਂਤ ਵਿੱਚ ਆਵੇ ਆ ਵੀ ਵਿੱਕੀ ਚੰਡੀਗੜ੍ਹ ਵਿੱਚ ਆ ਮੈਦਾਨ ਦੇ ਹੱਥ ਜੋੜੀ ਲਈ ਵਿੱਕੀ ਚੰਡੀਗੜ੍ਹ ਆ ਵਿੱਕੀ 2 ਨੰਬਰ ਦੀ ਚੰਡੀ ਦੀ ਗੱਲ ਹੋਣੀ ਹੈ ਵਿੱਕੀ ਕਿੱਥੇ ਵਿੱਕੀ ਵਿੱਕੀ ਆ ਜੀ ਗੱਲ ਨਾਲ ਬਿੱਲਾ ਰੌਣੀ ਵੀ ਨੇੜੇ ਆ ਜਾਓ ਲਓ ਤੀਜੀ ਜਿਹੜੀ ਕੁਰਸੀ ਹੋਣ ਜਾ ਰਹੀ ਹੈ ਮੈਦਾਨ ਦੇ ਵਿੱਚ ਵਿਕਰਾਂਤ ਹੱਥਗੜਾ ਕਰਦੇ ਨੌਜਵਾਨ ਬੜਾ ਧਨੰਤਰ ਹੈ ਨੌਜਵਾਨ ਕੁਰਸੀ ਲੜਨ ਦਾ ਵਿਕਰਾਂਤ ਜਿਹੜਾ ਜਿੱਤ ਫਰੀਆ ਉਹਦੇ ਨਾਲ ਜਗਮੋਹਣ ਕਹਿੰਦੇ ਨਗਰ ਸ਼ਿੰਗਾਰੀ ਵਾਲਾ ਖੜਾ ਮੁੱਲਾ ਪਰ ਗਰੀਬ ਦੱਤ ਕੁਰਸੀ ਮੈਦਾਨ ਦੇ ਵਿੱਚ ਸ਼ੁਰੂ ਹੋਣ ਚੱਲੀ ਹੈ ਬੈਂਗਲੂਰ ਕਮੇਟੀ ਗੁੱਡਾ ਲਈ ਸ਼ੇਰ ਜੇ ਕੋਈ ਆਇਆ ਹੋਇਆ ਪਲੀਜ਼ ਆਪਣੇ ਮਾਨ ਸਨਮਾਨ ਲੈ ਲਿਓ ਲੋਕ 3 ਕੁਰਸੀ ਜਿਹੜੀਆਂ ਮੈਦਾਨ ਦੇ ਵਿੱਚ ਚੱਲਦੀਆਂ ਉਧਰ ਅਭਿਸ਼ੇਕ ਦੀ ਕੁਰਸੀ ਚੱਲਦੀ ਹੈ ਅਭਿਸ਼ੇਕ ਟੋਗਾ ਵਾਲਾ ਹੈ ਨਿੱਗੀ ਜੀ ਇਹਨੂੰ ਆਖਦਾ ਪ੍ਰਿੰਸ ਮੇਰਾ ਵੀਰ ਜੁੱਡੀ ਤੋਂ ਉਹ ਵੀ ਉਚੇਚੇ ਤੌਰ ਤੇ ਪੁੱਜਿਆ ਹੋਇਆ ਹੈ ਨਿੱਗੀ ਜੀ ਨੂੰ ਹਾਰਦਿਕ ਸਵਾਗਤ ਹੈ ਪ੍ਰਿੰਸ ਜੁੱਡੀ ਵਾਲਾ ਪੁੱਜਿਆ ਹੋਇਆ ਹੈ
ਪਰ ਮੈਦਾਨ ਦੇ ਵਿੱਚ ਅਗਰ ਕੁਰਸੀ ਕਹਿੰਦੇ ਵਾਕਿਆ ਬੜੀ ਸਸਨੀ ਹੈ। ਇੱਕ ਪਾਸੇ ਸਾਹਿਲ ਹੈ, ਉੱਪਰਲੇ ਪਾਸੇ ਹੇਠਲੇ ਪਾਸੇ ਕਹਿੰਦੇ ਕਝੇੜੀ ਵਾਲਾ ਨੌਜਵਾਨ ਹੈ। ਜੱਸਾ ਮੈਦਾਨ ਦੇ ਵਿੱਚ ਅੱਜ ਦੂਸਰੀ ਤਰਫ ਸ਼ੇਖ ਟੋਕਾ ਜਿੱਤ ਗਿਆ। ਆ ਵੀ ਪਹਿਲਵਾਨ ਕਮਲ ਜੀ ਕਮੁੱਲਾ ਪਰ ਸੁਨੀਲ ਮਧੂਬਨ ਵਿੱਚ ਆਓ। ਸੁਨੀਲ ਉੱਧਰ ਚੱਲ, ਗੁਰੂਪੁਰ ਚਲੋ। ਕਮਲ ਜੀ ਮੁੱਲਾ ਪਰ ਗਰੀਬ ਦਾ ਸਤਿਗੜ ਕਰਨ ਦੀ ਨੌਜਵਾਨ ਹੈ ਕਮਲ ਜੀ ਤੇ ਸੁਨੀਲ ਮਧੂਬਨ ਕੁਰਸੀ ਸ਼ੁਰੂ ਕਰ ਲਿਓ। ਜਸਵਿੰਦਰ ਕਲਿਆਣਾ ਨੈਣਾ ਰੋਣੀ ਅਗਲੀ ਕੁਰਸੀ ਲੈ ਕੇ ਆ ਰਹੇ ਨੇ। ਜਸਵਿੰਦਰ ਕਲਿਆਣਾ ਨੈਣਾ ਰੋਣੀ ਅਗਲੀ ਕੁਰਸੀ ਲਈ ਜਿਹੜੇ ਪਹਿਲਵਾਨ ਇਹ ਤਿਆਰ ਵਰ ਕਰ ਰਹਿਣਗੇ। ਹੈਲੋ ਅੱਗੇ ਵੀ ਜੀ, ਹਾਂਜੀ ਹਾਂਜੀ ਪੱਪੂ ਪਹਿਲਵਾਨ ਪੁੱਛਿਆ ਵੀ ਲਾਊਗਾ, ਕਹਿੰਦਾ ਬੋਲ ਨੀ ਸਕਦਾ ਸੁਣ ਨੀ ਸਕਦਾ, ਮਾਸਟਰ ਮਨ ਕਰਨਾ ਹੈ। ਲੋ ਮੈਦਾਨ ਦੇ ਵਿੱਚ ਅਗਲੀ ਕੁਰਸੀ ਜਸਵਿੰਦਰ ਕਲਿਆਣਾ ਨੈਣਾ ਰੋਣੀ ਇਹਨਾਂ ਦੇ ਦਰਮਿਆਨ ਹੋਣੀ ਹੈ। ਲੋ ਚੱਲਦੀ ਹੋਈਆਂ ਤਿੰਨ ਕੁਰਸੀਆਂ ਦੇ ਵਿੱਚ ਇੱਧਰ ਰਾਜੇ ਪਹਿਲਵਾਨ ਦਾ ਸਪੁੱਤਰ ਉੱਪਰਲੇ ਪਾਸੇ ਹੇਠਲੇ ਪਾਸੇ ਜੱਸਾ ਏ ਕਝੇੜੀ ਵਾਲਾ ਸਾਡਾ ਮੁੱਲਾ ਪਰ ਗਰੀਬ ਦਾਸ ਮੈਦਾਨ ਦੇ ਵਿੱਚ ਚੱਲਦੀ ਹੋਈ ਜਿਹੜੀ ਕੁਰਸੀ ਹੈ ਇਹਨਾਂ ਨੌਜਵਾਨਾਂ ਦਰਮਿਆਨ। ਉਧਰ ਕਮਲਜੀਤ ਪਹਿਲਵਾਨ ਮੁੱਲਾ ਪਰ ਉੱਪਰਲੇ ਪਾਸੇ ਸੁਨੀਲ ਮਧੂਬਨ ਹੇਠਲੇ ਪਾਸੇ ਹੈ। ਉਧਰ ਵਿਕਰਾਂਤ ਦੀ ਕੁਰਸੀ ਚੱਲਦੀ ਹੈ, ਲਾਲ ਰੰਗ ਦੇ ਲਗੋਟੇ ਚ ਵਿਕਰਾਂਤ ਅਜੀਤ ਪਰਿਆ, ਉਹਦੇ ਨਾਲ ਜਗਮੋਹਨ ਮੁੱਲਾ ਪਰ ਗਰੀਬ ਦਾਸ ਤੀਜੀ ਕੁਰਸੀ ਜਿਹੜੀ ਮੈਦਾਨ ਦੇ ਵਿੱਚ ਚੱਲਦੀ ਹੈ। ਵਿੱਕੀ ਆ ਗਿਆ ਬਈ, ਵਿੱਕੀ ਵਿੱਕੀ ਜੇ ਵਾਸ ਤੋਂ ਅਗਲੀ ਰਾਜ ਲਾਈਵ ਚੱਲ ਰਹੀ ਹੈ ਨੈਟ ਵਾਲੀ, ਹਾਂ ਨੈਟ ਦੀ ਯਾਰ ਅਗਲੀ ਕੁਰਸੀ ਜਸਵਿੰਦਰ ਦੇ ਨੈਣੇ ਬਿਲਕੁਲ ਤਿਆਰ ਬੱਚਿਆ ਰਹਿਣਗੇ। ਬੱਡੀ ਮਾਲੀ ਦੇ ਪਹਿਲਵਾਨ ਜੇ ਵਾਸ ਹੁੰਦੇ ਨੇ ਜੱਸਾ ਬੱਟੀ ਤੇ ਜੱਸਾ ਬੱਟੀ ਤੇ ਮੌਸਮ ਪਹਿਲਵਾਨ ਜੇ ਵਾਸ ਹੁੰਦੇ ਨੇ ਪਲੀਜ਼ ਗੇੜੇ ਲਈ ਸਟੇਜ ਕੋਲ ਆ ਜਾਓ। ਜੱਸਾ ਤੇ ਮੌਸਮ ਬਿੰਦੇ ਪਲੀਜ਼ ਗੇੜੇ ਲਈ ਜਿਹੜਾ ਸਟੇਜ ਦੇ ਕੋਲ ਆ ਜਾਣ ਪਹਿਲਵਾਨ। ਉਹ ਬਿੰਦੇ ਕਹਿਣੇ ਸਿੱਖ ਲਿਆ ਬਾਈ, ਕਿਹੋ ਜਿਹਾ ਬੱਚੇ। ਲੋ ਮੈਦਾਨ ਦੇ ਵਿੱਚ ਤਿੰਨ ਕੁਰਸੀਆਂ ਲੱਗੀਆਂ ਹਨ। ਜੰਗਲ ਦੇਖਣ ਜਾਵਾਂ ਬਾਈ, ਉਸ ਪਹਿਲਾਂ ਜੰਗਲ ਦੇਖਣ ਦੇ ਕੋਲ ਸਭ ਤੋਂ ਵੱਡਾ ਜੰਗਲ ਹੁੰਦਾ ਉਹ ਕਿਹੜਾ? ਵਾਰਣਾ ਮਹਾਰਾਸ਼ਟਰ। ਇਸ ਵਾਰ ਅੱਛੇ ਪਹਿਲਵਾਨ ਆ ਰਹੇ ਨੇ, ਦੋ ਜੋੜ ਜਾਵੇ ਇੱਕ ਸਿਲਵਰ ਮੈਡਲ ਨੇ। ਨਹੀਂ ਹੋ ਕਿਤੇ ਗਏ ਕਿਹੜਾ ਸਾਬਾ ਲੜੇਗਾ ਮੇਰਾ 7 ਮਿੰਟ ਹੋ ਗਏ। ਹੈਲੋ ਲੋ 7 ਮਿੰਟ ਦੀ ਕੁਰਸੀ ਜਿਹੜੇ ਹੋ ਗਏ ਨੇ ਮਨਾ ਡਾਈਨਰ ਕਾਕਾ ਕਾਂਸਲ ਦੀ ਚਾਰ ਬੱਚਾ ਰਹਿਣ। ਹਾਂਜੀ ਸਤਿ ਸ੍ਰੀ ਅਕਾਲ ਜੀ ਬਈ, ਵੱਡੀ ਮਾਲੀ ਦੇ ਦੋਨੋਂ ਪਹਿਲਵਾਨ ਤਿਆਰ ਹੋ ਕੇ ਸਟੇਜ ਦੇ ਕੋਲ ਆ ਜਾਣ। 5 ਮਿੰਟ ਦਾ ਸਮਾਂ ਹੈ, ਇਹ ਦੋਨੋਂ ਪਹਿਲਵਾਨ ਜਿਹੜੇ ਤਿਆਰ ਹੋ ਕੇ ਮੈਂ ਵੀ ਇੱਥੇ ਧਨਾ ਸਾਰਾ। ਲੋ ਮੈਦਾਨ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਤਿੰਨ ਕੁਰਸੀਆਂ ਜਿਹੜੀਆਂ ਚੱਲਦੀਆਂ ਇਹਨਾਂ ਦੇ ਵਿੱਚ ਇੱਧਰ ਜਿਹੜੀ ਬਿਲਕੁਲ ਪਹਿਲੀ ਕੁਰਸੀ ਚੱਲਦੀ ਹੈ ਸਾਹਿਲ ਚੰਡੀਗੜ੍ਹ ਉੱਪਰਲੇ ਪਾਸੇ ਹੈ, ਜੱਸਾ ਮੁੱਲਾ ਪਰ ਹੇਠਲੇ ਪਾਸੇ ਹੈ। ਉਧਰ ਗੋਰੂ ਪਹਿਲਵਾਨ ਦੇ ਕੋਲ ਕਮਲਜੀਤ ਮੁੱਲਾ ਪਰ ਉੱਪਰਲੇ ਪਾਸੇ, ਹੇਠਲੇ ਪਾਸੇ ਸੁਨੀਲ ਮਧੂਬਨ ਹੈ। ਉਧਰ ਰਾਜੇ ਪਹਿਲਵਾਨ ਦੇ ਕੋਲ ਜਿਹੜੀ ਕੁਰਸੀ ਚੱਲਦੀ ਹੈ ਵਿਕਰਾਂਤ ਜੀਤਪੁਰੀ ਉੱਪਰਲੇ ਪਾਸੇ ਹੈ, ਜਗਮੋਹਨ ਮੁੱਲਾ ਪਰ ਗਰੀਦਾਸ ਹੇਠਲੇ ਪਾਸੇ ਹੈ। ਅਗਲੇ ਕੁਰਸੀਆਂ ਦੇ ਜਿਹੜੇ ਪਹਿਲਵਾਨ ਉਹ ਵੀ ਤਿਆਰ ਬੱਚਾ ਰਹਿਣਗੇ, ਨਾਲ ਹੀ ਇਹਨਾਂ ਕੁਰਸੀਆਂ ਦੇ ਨਾਲ ਮਾਨ ਸਨਮਾਨ ਵੀ ਹੋਣੇ ਹੈ। ਮੁੱਲਾ ਪਰ ਜਿਹੜਾ ਪਹਿਲਾ ਪੁਆਇੰਟ ਲਊਗਾ ਜੇਤੂ ਹੈ। ਠੀਕ ਹੈ,
लो मैदान में अगली कुर्ती जो सुरेंद्र कल्याण है आगरा कर भी नैना रोनी लो कुर्ती पॉइंटा तो स्टार्ट हो गई है वाके जिला पहला पॉइंट लेगा वो जेतू होगा लो मैदान में आप देखते हैं क्लियर कर पॉइंट पॉइंट की क्लियर की कुछ भी नहीं किया क्लियर किसे पास टच कर अपने आप इन्हें फड़िया उसके पास हाथ हो गया तुम्हें भी दलवीर किसे पास फड़िया है मैदान कुर्सी जी शुरू हो गई है इन नौजवानों दरमियान अगली कुर्सी के पहलवान जो तैयार होते मना काइन और के काका कासल ये पहलवान जो तैयार बच्चा रहेंगे मना से काका ये तैयार होते हो गया पहलवान जी एक बार बिल्कुल क्लियर कर दो ग्यारह सौ रुपये जरा गाने वाला सी पुलिस पुलता कर दो मेरे को